ਸੀ ਗ੍ਰਾਮਗੜ ਬਾਈਪਾਸ ਵਿਖੇ ਆਟੋ ਨਿੱਜੀ ਬੱਸ ਵਿੱਚ ਵੱਜਣ ਨਾਲ 4 ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਗੜ ਬਾਈਪਾਸ ਵਿਖੇ ਨਿੱਜੀ ਕੰਪਨੀ ਦੀ ਬੱਸ ਜੋ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਆਉਂਦੀ ਹੈ ਨੇ ਹਾਈਵੇ 'ਤੇ ਜਾਂਦੇ ਹੋਏ ਬ੍ਰੇਕ ਮਾਰੀ, ਜਿਸ ਨਾਲ ਬੱਸ ਪਿੱਛੇ ਆਉਂਦੇ ਆਟੋ ਵਿੱਚ ਜਾ ਵੱਜਾ। ਆਟੋ ਇੰਨੀ ਜ਼ੋਰ ਨਾਲ ਵੱਜਾ ਕਿ ਆਟੋ ਅੱਗਿਓਂ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਵਿੱਚ ਸਵਾਰ ਸਪਨਾ ਵਾਸੀ ਪੱਟੀਆਂ, ਬਲਵਿੰਦਰ ਕੌਰ ਵਾਸੀ ਨਗਰ ਵਿਜੇ, ਡਰਾਈਵਰ ਜਗੀਰ ਕੌਰ ਵਾਸੀ ਪੱਟੀਆਂ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਫਸਟ ਐਡ ਦੇਣ ਤੋਂ ਬਾਅਦ ਤਿੰਨਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ। ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ 1 ਘੰਟਾ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ, ਜਦਕਿ ਜ਼ਖਮੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਸੀ। ਫਿਲੌਰ ਤੋਂ ਅਮਰਜੀਤ ਸਿੰਘ ਮੋਨੋ ਦੀ ਖਾਸ ਰਿਪੋਰਟ। ਬਸ ਖੜੀ ਕਿਤੇ ਪੰਜਾਬ ਸਹੀ ਹੈ ਲੱਗੇ ਸੀ, ਇੱਥੇ ਉਹ ਜਾਮ ਮਗਰੋਂ ਆਣ ਕੇ ਖੜੀ ਵੀ ਬਹੁਤ ਜ਼ੋਰ ਨਹੀਂ ਵੱਜਾ, ਅਸੀਂ ਭੱਜ ਕੇ ਜਿਹੜੇ ਸਵਾਰੀਆਂ ਚੱਕੀਆਂ ਅਤੇ ਉਹ ਬੱਸ ਆ ਨਿਕਲ ਗਿਆ। ਇਹਦਾ ਮਤਲਬ ਬੱਸਾਂ ਜਿਹੜੀਆਂ ਰੋਡ 'ਤੇ ਖੜੇ, ਤੁਹਾਡਾ ਮਤਲਬ ਕਹਿਣ ਦਾ? ਹਾਂਜੀ, ਉਹਦੇ 'ਚ ਨਾ ਸੜਕ 4 ਪੇਸ਼ੈਂਟ ਆਏ ਨੇ, ਉਹਦੇ 'ਚੋਂ ਜਿਹੜੇ ਪੇਸ਼ੈਂਟ ਇੱਕ ਹੀ ਪੇਸ਼ੈਂਟ ਸਿਰਫ ਠੀਕ ਹੈਗਾ ਵੈ, ਜਿਹੜੇ ਹੋਰ ਹੈਗੇ ਉਹਨਾਂ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ, ਮਲਟੀਪਲ ਫ੍ਰੈਕਚਰ ਹੈ ਅਤੇ ਹੈੱਡ ਇੰਜਰੀਜ ਹੈ। ਅਸੀਂ ਉਹਨਾਂ ਨੂੰ ਫਿਰ ਦੱਸਦਾ ਜਲੰਧਰ ਵੀ ਰੈਫਰ ਹੋ ਗਏ ਨੇ ਪੇਸ਼ੈਂਟ ਹੋਰ। ਅੱਛਾ, ਉਹਨਾਂ ਦੀ ਹਾਲਤ ਬਿਲਕੁਲ ਠੀਕ ਨਹੀਂ ਹੈਗੀ।